ਅੱਜ ਆਪਾਂ ਇੱਥੇ ਤੁਹਾਨੂੰ ਸਾਰਿਆਂ ਨੂੰ ਨਿਮੰਤਰਣ ਦਿੱਤਾ ਇੱਕ ਬਹੁਤ ਹੀ ਜੋ ਗੰਭੀਰ ਮਸਲਾ ਪੰਜਾਬ ਦਾ ਸੀ, ਜੋ ਪਿਛਲੇ ਸਮੇਂ ਦੌਰਾਨ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਸੀ, ਉਸ ਸਮੇਂ ਤੇ ਅਕਾਲ ਬੁੰਗਾ ਸਾਹਿਬ ਸੁਲਤਾਨਪੁਰ ਲੋਧੀ 'ਚ ਪੰਜਾਬ ਪੁਲਿਸ ਨੇ ਅੰਦਰ ਵੜ ਕੇ ਸਣੇ ਜੁੱਤੀਆਂ ਅੰਦਰ ਵੜੇ ਨੇ, ਜਿੱਥੇ ਗੁਰੂ ਮਹਾਰਾਜ ਦੇ ਪ੍ਰਕਾਸ਼ ਹੋਏ ਹੋਏ ਸੀ, ਜਿੱਥੇ ਅਖੰਡ ਪਾਠ ਸਾਹਿਬ ਚੱਲ ਰਹੇ ਸੀ, ਉੱਥੇ ਜਾ ਕੇ ਹੋਰ ਬੇਅਦਬੀ ਕੀਤੀ ਗਈ ਤੇ ਸ਼ਰੇਆਮ ਗੁਰਦੁਆਰਾ ਸਾਹਿਬ ਤੇ ਗੋਲੀਆਂ ਚੱਲੀਆਂ। ਤੇ ਉਸ ਦੇ ਵਿੱਚ ਵੀ ਦੋ ਧਿਰਾਂ ਦੀ ਆਪਸੀ ਕੋਈ ਲੜਾਈ ਸੀ ਨਿਹੰਗ ਜਥੇਬੰਦੀਆਂ ਦੀ, ਜਿਹੜੀ ਕਿ ਬਹਿ ਕੇ ਵੀ ਸੁਲਝਾਈ ਜਾ ਸਕਦੀ ਸੀ, ਜਿਹੜਾ ਕਿ ਇਹ ਜੋ ਘਟਨਾਕ੍ਰਮ ਹੋਇਆ ਰੋਕਿਆ ਜਾ ਸਕਦਾ ਸੀ। ਪਰ ਉੱਥੇ ਕਿਉਂਕਿ ਫਰਮਾਨ ਆਇਆ ਹੋਇਆ ਸੀਗਾ ਮੁੱਖ ਮੰਤਰੀ ਸਾਹਿਬ ਦਾ, ਉਹਨਾਂ ਦੇ ਇੱਕ ਧੜੇ ਨਾਲ ਨੇੜਤਾ ਹੋਣ ਕਾਰਨ ਤੜਕੇ 4 ਵਜੇ ਜੋ ਪੰਜਾਬ ਪੁਲਿਸ ਅੰਦਰ ਵੜੀ ਆ, ਬੇਅਦਬੀ ਕੀਤੀ ਆ, ਗੋਲੀਆਂ ਚਲਾਈਆਂ ਗਈਆਂ ਨੇ, ਸਿੱਧੀਆਂ ਗੋਲੀਆਂ ਚੱਲੀਆਂ ਨੇ ਉਸ ਗੁਰਦੁਆਰਾ ਸਾਹਿਬ ਦੇ ਅੰਦਰ, ਤੇ ਨਿਹੰਗ ਜਥੇਬੰਦੀਆਂ ਦੇ ਜਿਹੜੇ ਬੰਦੇ ਕੀਤੇ ਕਿ ਹੋਏ ਨੇ ਉੱਥੇ, ਤੇ ਉਹ ਵੀ ਮੁੱਖ ਮੰਤਰੀ ਨੂੰ ਯਾਦ ਕਰਾਉਣਾ ਚਾਹੁੰਦਾ ਸੀ ਵੀ ਜਦੋਂ ਪੰਜਾਬ 'ਚ ਜਾ ਮੁੱਖ ਮੰਤਰੀ ਦੇ ਕਹਿਣ ਤੇ ਇਸੇ ਗੱਲ ਦਾ ਜਵਾਬ ਲੈਣਾ ਚਾਹੁੰਦੇ ਹਾਂ ਆਪਾਂ ਵੀ ਹੁਣ ਦੱਸੋ ਜਿਹੜੀਆਂ ਉੱਥੇ ਸੈਂਕੜੇ ਗੋਲੀਆਂ ਚੱਲੀਆਂ ਨੇ ਉਹਦੇ ਲਈ ਕੌਣ ਜ਼ਿੰਮੇਵਾਰ? ਜਿਹੜਾ ਪੰਜਾਬ ਪੁਲਿਸ ਦਾ ਵਿਚਾਰਾ ਇੱਕ ਜਵਾਨ ਸ਼ਹੀਦ ਹੋਇਆ, ਉਹਦੇ ਨਾਲ ਸਾਡੀ ਪੂਰੀ ਉਹਦੇ ਨਾਲ ਹਮਦਰਦੀ ਆ, ਪਰਿਵਾਰ ਦੇ ਨਾਲ ਬਹੁਤ ਮਾੜਾ ਕੰਮ ਹੋਇਆ। ਪਰ ਉੱਥੇ ਜਿਹੜੀ ਘਟਨਾ ਆ ਇਹ ਕੇਵਲ ਤੇ ਕੇਵਲ ਪ੍ਰਸ਼ਾਸਨ ਦੀ ਨਲੈਕੀ, ਪੰਜਾਬ ਪੁਲਿਸ ਦੀ ਨਲੈਕੀ, ਜੋ ਇੰਟੈਲੀਜੈਂਸ ਦਾ ਫੇਲੀਅਰ, ਅਤੇ ਜੇ ਕਿਹਾ ਜਾਵੇ ਵੀ ਕਿਸੇ ਨਾਲ ਜੇ ਆਪਾਂ ਇਹ ਵੀ ਮੰਨੀਏ ਵੀ ਇਹ ਆਪ ਸਰਕਾਰ ਦੀ ਜੋ ਗਿਣੀ ਮਿਥੀ ਸਾਜਿਸ਼ ਦੇ ਤਹਿਤ ਇਹ ਸਾਰਾ ਕੁਝ ਕੀਤਾ ਗਿਆ ਕਿ ਤੜਕੇ 4 ਵਜੇ ਜਾਣ ਅਤੇ ਬਾਅਦ ਦੇ ਵਿੱਚ ਇੱਕ ਸਿੱਟ ਬਣਾ ਦਿੱਤੀ, ਉਹ ਵੀ ਉਹਨਾਂ ਅਫਸਰਾਂ ਦੇ ਥੱਲੇ ਜਿਹੜੇ ਅਫਸਰ ਆਲਰੇਡੀ ਹੁਕਮ ਦੇ ਕੇ ਉੱਥੇ ਅੰਦਰ ਜਿਨ੍ਹਾਂ ਨੇ ਪੁਲਿਸ ਵਾੜੀ ਸੀ। ਜੇ ਇਹ ਨਿਰਪੱਖ ਜਾਂਚ ਚਾਹੁੰਦੇ ਨੇ ਤਾਂ ਕਿਸੇ ਇੰਡੀਪੈਂਡੈਂਟ ਏਜੰਸੀ ਨੂੰ ਦਿੱਤੀ ਜਾਵੇ। ਉਸ ਤੋਂ ਬਾਅਦ ਜਿਹੜੇ ਮੀਡੀਆ ਵਾਲੇ ਬੰਦੇ ਉੱਥੇ ਕਵਰੇਜ ਕਰਨ ਗਏ ਸੀ ਉਹਨਾਂ ਨਾਲ ਵੀ ਬਦਸਲੂਕੀ ਕੀਤੀ ਗਈ, ਕੁੱਟਮਾਰ ਕੀਤੀ ਗਈ, ਉਂਗਲਾਂ ਤੋੜੀਆਂ ਗਈਆਂ, ਉਹਨਾਂ ਦਾ ਕੰਨ ਦਾ ਪਰਦਾ ਵੀ ਪਾੜਿਆ ਗਿਆ, ਜਿਹਦੇ ਉੱਤੇ ਕਾਰਵਾਈ ਹਜੇ ਤੱਕ ਕੋਈ ਨਹੀਂ ਕੀਤੀ ਗਈ। ਸੋ ਇਹ ਚਿਹਰਾ ਦਿਖਾਉਂਦੀ ਆ ਅਸਲ ਆਪ ਸਰਕਾਰ ਦਾ ਅੱਜ ਦਾ, ਇਹ ਅਸਲੀ ਬਦਲਾਅ ਇਹ ਦੱਸ ਰਹੇ ਨੇ ਵੀ ਬਦਲਾਅ ਅਸੀਂ ਕਾਹਦੇ ਲਈ ਵੋਟਾਂ ਪਵਾਈਆਂ ਸੀ ਲੋਕਾਂ ਤੋਂ, ਲੋਕਾਂ ਨੂੰ ਕੁੱਟਾਂਗੇ ਮਾਰਾਂਗੇ, ਤੇ ਜਿਹੜੀ ਧਰਮ ਦੀ ਰਾਜਨੀਤੀ ਇਹਨਾਂ ਨੇ ਪਿਛਲੇ ਸਮੇਂ ਸ਼ੁਰੂ ਕੀਤੀ ਸੀ ਗੁਰਦੁਆਰਿਆਂ ਸਾਹਿਬ ਅੰਦਰ ਸਿੱਧੀ ਦਖਲ ਅੰਦਾਜ਼ੀ ਕਰਕੇ, ਚਾਹੇ ਗੁਰਦੁਆਰਾ ਐਕਟ ਨੂੰ ਅਮੈਂਡ ਕਰਕੇ ਹੋਵੇ ਜਾਂ ਪਿਛਲੇ ਸਮੇਂ 'ਚ ਜਦੋਂ ਕੋਈ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸੀ ਜਿਨ੍ਹਾਂ ਨੂੰ ਇਹਨਾਂ ਨੇ ਇਸ ਲੈਵਲ ਤੇ ਲੈ ਗਏ ਵੀ ਕਿਉਂਕਿ ਇਹਨਾਂ ਨੇ ਵੋਟਾਂ ਲੈਣੀਆਂ ਸੀ, ਕੇਵਲ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਉਹ ਸਿਆਸਤ ਕੀਤੀ ਗਈ। ਜੇ ਹਿੰਮਤ ਇਹਨਾਂ 'ਚ ਉਹ ਜਿਹੜੇ ਕੇਸ ਨੇ ਉਹਦੇ ਵਿੱਚ ਅੱਜ ਵੀ ਇਹ ਗੱਲ ਕਹਿੰਦੇ ਆ ਵੀ ਜੇ ਸਾਡੇ ਕਿਸੇ ਪਾਰਟੀ ਦੇ ਲੀਡਰ ਦੀ, ਪਾਰਟੀ ਦੇ ਵਰਕਰ ਦੀ ਇਨਵੋਲਵਮੈਂਟਾਂ ਨੂੰ ਤੰਗ ਦਿੱਤਾ ਜਾਵੇ, ਪਰ ਜੋ ਅੱਜ ਘਟਨਾ ਹੋਈ ਆ ਇਹਦੀ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰੀ ਭਗਵੰਤ ਮਾਨ ਸਾਹਿਬ ਨੂੰ ਲੈਣੀ ਚਾਹੀਦੀ ਆ, ਉਹਨਾਂ ਦੀ ਸਰਕਾਰ ਨੂੰ ਲੈਣੀ ਚਾਹੀਦੀ ਆ, ਕਿਉਂਕਿ ਇਹਨਾਂ ਨੇ ਜਿੱਥੇ ਅੱਜ ਸਿੱਖ ਦਾ ਚਿਹਰਾ ਆਪਸ ਦੇ ਵਿੱਚ ਲੜਾ ਕੇ ਖਰਾਬ ਕਰ ਰਹੇ ਨੇ, ਜਿੱਥੇ ਲੋਕ ਕਈ ਸਿੱਖਾਂ ਨੂੰ ਅੱਤਵਾਦੀ ਕਹਿ ਰਹੇ ਨੇ, ਉੱਥੇ ਭਰਾ ਮਾਰੂ ਜੰਗ ਦੇ ਵਿੱਚ ਪੰਜਾਬ ਨੂੰ ਧੱਕ ਰਹੇ ਨੇ, ਇਸ ਗੱਲ ਤੋਂ ਗੁਰੇਜ਼ ਕਰਨਾ ਚਾਹੀਦਾ। ਪੰਜਾਬ ਇੱਕ ਸ਼ਾਂਤੀ ਪਸੰਦ ਸੂਬਾ ਜਿੱਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਆ, ਇਹ ਜਿਹੜੀ ਮਾੜੀ ਰਾਜਨੀਤੀ ਆ, ਗੰਦੀ ਰਾਜਨੀਤੀ, ਅੱਗ ਨਾਲ ਖੇਡ ਰਹੇ ਨੇ, ਇਸ ਚੀਜ਼ ਤੋਂ ਪੰਜਾਬ ਸਰਕਾਰ ਨੂੰ ਗੁਰੇਜ਼ ਕਰਨਾ ਚਾਹੀਦਾ, ਪੂਰਨ ਤੌਰ ਤੇ ਜ਼ਿੰਮੇਵਾਰੀ ਚੱਕਣੀ ਚਾਹੀਦੀ ਆ। ਇਹ ਨਿੰਦਕ ਜੋ ਘਟਨਾ ਦੀ ਤੇ ਸ਼੍ਰੋਮਣੀ ਅਕਾਲੀ ਦਲ ਇਹਦੀ ਸਖਤ ਸ਼ਬਦਾਂ ਨਾਲ ਨਿੰਦਾ ਕਰਦਾ। ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤੇ ਨਾਲ ਹੀ ਬੈਲ ਆਈਕਨ ਵੀ ਆਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੀਂ ਤੋਂ ਨਵੀਂ ਕੋਈ ਨਿਊਜ਼ ਅਪਲੋਡ ਕਰੀਏ ਤਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ।